सारी हद टपातियां थोड़ी जी दुखी भी है जिंदगी अपनी। अच्छा। हसबेंड ने थोड़ा धोखा करता मां बहुत रोंदी सी आके ठीक कर दो ਤਾਂ ਇਹਨੂੰ ਦਵਾਈਆਂ ਦੀ ਸੇਵਾ ਲੈ ਕੇ ਦੇਣੀ ਤੁਸੀਂ ਇਹਨੂੰ ਆਸ਼ੀਰਵਾਦ ਵੀ ਦਿਓ ਆਪਣਾ ਅਤੇ ਇਹਨੂੰ ਦਵਾਈਆਂ ਵਾਸਤੇ ਪੈਸੇ ਵੀ ਦੇ ਦਿਓ। ਇਹ ਵਿਚਾਰੀ ਥੋੜ੍ਹੀ ਜਿਹੀ ਦੁਖੀ ਹੈ ਇਹਦੇ ਸਹੁਰਾ ਪਰਿਵਾਰ ਨੇ ਥੋੜ੍ਹਾ ਜਿਹਾ ਧੱਕਾ ਕਰਤਾ ਸੀ ਇਹਦੇ ਨਾਲ ਇਹਦੀ ਮਾਂ ਨਹੀਂ ਆਈ ਅੱਜ ਨਹੀਂ ਤਾਂ ਮੰਮੀ ਨੇ ਵੀ ਮਿਲਾਉਣਾ ਸੀ ਤੁਹਾਨੂੰ। ਇਹ ਆਂਟੀ ਬੇਟਾ ਦੇਖ ਨਹੀਂ ਸਕਦੇ ਅੱਖਾਂ ਤੋਂ ਫਿਰ ਵੀ ਦਿੱਲੀਓਂ ਹੈਲਪ ਲਈ ਆਏ ਨੇ। ਐਕਚੁਲੀ ਆਂਟੀ ਗੱਲ ਵਧੇ ਕਿ ਅੱਜ ਕੱਲ੍ਹ ਹਰ ਇਨਸਾਨ ਇੰਨਾ ਭਰਿਆ ਪਿਆ ਨਾ ਲੋਕਾਂ ਕੋਲ ਵਕਤ ਹੀ ਹੈ ਨਹੀਂ ਕਿਸੇ ਦੁੱਖ ਸੁਣਨ ਦਾ। ਇੱਥੇ ਆ ਕੇ ਕਿੰਨੇ ਲੋਕ ਰੋ ਕੇ ਆਪਣਾ ਹਾਂ ਪਰ ਮੈਨੂੰ ਤੁਹਾਡੀ ਬੜੀ ਖੁਸ਼ੀ ਹੋਈ ਜੀ ਤੁਸੀਂ ਆਇਓ। ਅਸੀਂ ਸੋਚਦੇ ਸੀਗੇ ਕਿ ਸਾਡੇ ਕੋਲ ਸਭ ਕੁਛ ਹੈਗਾ ਜੀ ਚੰਗੇ ਭਲੇ ਹਾਂ ਪਰ ਤੁਸੀਂ ਇੰਨਾ ਕਸ਼ਟ ਕਰਕੇ ਆਪਣੀ ਸਿਸਟਰ ਨੂੰ ਲੈ ਕੇ ਆਇਓ। ਚੱਲ ਕੋਈ ਗੱਲ ਨਹੀਂ ਭੈਣੇ ਤੈਨੂੰ ਰੋਣ ਲਈ ਨਹੀਂ ਮੈਂ ਗਿਆ ਸੀ ਆਸ਼ੀਰਵਾਦ ਲੈ ਲਿਆ ਮਾਤਾ ਦਾ ਕੋਈ ਗੱਲ ਇਹ ਵੀ ਮਾਂ ਆਪਣੀ ਦਾਦੀ ਹੈ ਆ ਪੈਸੇ ਰੱਖ ਲੈ ਆਸ਼ੀਰਵਾਦ ਵਾਹਿਗੁਰੂ। ਇਹ ਭੈਣ ਤਕਰੀਬਨ 3 ਮਹੀਨੇ ਤੋਂ ਦਵਾਈ ਦੀ ਸੇਵਾ ਇੱਥੋਂ ਲੈ ਰਹੀ ਸੀਗੀ ਅਤੇ ਆਂਟੀ ਜੀ ਨੂੰ ਦਿਖਦਾ ਨਹੀਂ ਅੱਖਾਂ ਤੋਂ ਔਰ ਦਿੱਲੀਓਂ ਇੱਥੇ ਦੇ ਦੇਖੋ ਹੈਲਪ ਕਰਨ ਆ ਗਏ ਨੇ ਤੁਰਿਆ ਨਹੀਂ ਜਾ ਰਿਹਾ ਇਹ ਬੜੀ ਵੱਡੀ ਗੱਲ ਹੈ ਯਾਰ। ਅੱਜ ਰੂਹ ਖੁਸ਼ ਹੋ ਗਈ ਪਿਛਲੇ 8 ਸਾਲਾਂ 'ਚ ਇੱਦਾਂ ਦਾ ਤਜਰਬਾ ਮੈਨੂੰ ਕਦੀ ਨਹੀਂ ਹੋਇਆ ਪਹਿਲੀ ਵਾਰੀ ਹੋਇਆ ਔਰ ਮੈਂ ਸੋਚਦਾ ਰਹਿੰਦਾ ਸੀਗਾ ਕਿ ਯਾਰ ਇੱਥੇ ਬਾਰਿਸ਼ ਪੈ ਰਹੀ ਹੈ ਡੋਨਰ ਨਹੀਂ ਆਉਣਗੇ ਦੇਖੋ ਆਂਟੀ ਦਿੱਲੀਓਂ ਆ ਗਏ ਅੱਖਾਂ ਤੋਂ ਬਲਾਈਂਡ ਵਾਹਿਗੁਰੂ। ਚੱਲ ਕੋਈ ਗੱਲ ਨਹੀਂ ਬੈਠ ਜਾ ਵਾਹਿਗੁਰੂ ਕੋਈ ਗੱਲ ਨਹੀਂ ਬਹਿ ਜਾ ਵਾਹਿਗੁਰੂ। ਆਂਟੀ ਬੜੀ ਖੁਸ਼ੀ ਹੋਈ ਅੱਜ ਤੁਹਾਨੂੰ ਮਿਲ ਕੇ ਬੜੀ ਜ਼ਿਆਦਾ ਆਨੰਦ ਆ ਗਿਆ ਸਾਨੂੰ ਇੰਨੀ ਖੁਸ਼ੀ ਹੋਈ ਹੈ ਕਿ ਤੁਹਾਨੂੰ ਮਿਲ ਕੇ ਤੁਹਾਡੇ ਨੂਰ ਇੰਨਾ ਫੇਸ ਤੇ ਇੰਨਾ ਨੂਰ ਹੈ ਤੁਹਾਡੇ ਫੇਸ ਤੇ ਮੈਂ ਦੱਸ ਨਹੀਂ ਸਕਦਾ ਔਰ ਉੱਤੋਂ ਤੁਹਾਡੇ ਸਿਸਟਰ ਜਿਹੜੀ ਇੰਨੀ ਸੇਵਾ ਕਰ ਰਹੇ ਨੇ ਤੁਹਾਡੀ ਤੁਹਾਡੇ ਦਿਮਾਗ 'ਚ ਦੀਦੀ ਕੀ ਆਉਂਦਾ ਜਿਹੜਾ ਤੁਸੀਂ ਮਤਲਬ ਮੇਰੇ ਹਿਸਾਬ ਨਾਲ ਤਾਂ ਆਪਣੇ ਪਰਿਵਾਰਕ ਮੈਂਬਰ ਦੀ ਸੇਵਾ ਹੀ ਰੱਬ ਨੂੰ ਪੂਜਣਾ ਤੁਹਾਡੀ ਸਾਰੀ ਵੀਡੀਓ ਦੇਖ ਗਿਆ ਅਮਨ ਤੇ ਅਮੀ ਅੱਛਾ ਲੱਗਾ। ਥੈਂਕ ਯੂ ਜੀ ਥੈਂਕ ਯੂ ਜੀ ਇਹ ਦੇਖ ਤੁਸੀਂ ਮੇਰੇ ਰੂਹ ਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਅੱਜ ਅਸੀਂ ਪਹਿਲਾਂ ਮੈਂ ਇੱਥੇ ਹੀ ਹਾਂ ਜੀ ਮੈਂ ਰਿਸ਼ਤੇਦਾਰ ਤਾਂ ਨਹੀਂ ਹੈਗਾ ਤੁਹਾਡਾ ਪਰ ਤੁਹਾਡਾ ਪੋਤੀ ਹਾਂ ਤੁਹਾਡਾ ਪੋਤੀ ਚੰਗੇ ਨੇ ਪਹਿਲਾਂ ਮੈਨੂੰ ਦੱਸੋ ਰਿਸ਼ਤੇਦਾਰ ਤਾਂ ਚੰਗੇ ਨੇ ਤੁਹਾਡਾ ਪੋਤੀ ਹੈ ਜੀ ਪੋਤਾ ਜੀ ਪੋਤੀ ਬੜੀ ਰੂਹ ਨੂੰ ਖੁਸ਼ੀ ਹੋਈ ਅੱਜ ਕੱਲ੍ਹ ਰਿਸ਼ਤੇਦਾਰ ਕੋਈ ਨਹੀਂ ਪੁੱਛਦਾ ਕਿਸੇ ਨੂੰ ਪਰ ਤੁਸੀਂ ਜੋ ਅੱਜ ਕਰਤਾ ਇਹਦਾ ਸਾਰੀ ਹੱਦਾਂ ਹੀ ਟਪਾਤੀਆਂ ਏਦਾਂ ਲੱਗਿਆ ਕਿ ਜਿਵੇਂ ਅੱਜ ਬਸ ਮੇਰਾ ਕੋਈ ਘਰ ਦਾ ਮੈਂਬਰ ਹੀ ਆਇਆ ਬਿਲਕੁਲ ਹੋਰ ਦੱਸੋ ਮੇਰੇ ਲਈ ਕੋਈ ਸੇਵਾ ਬਸ ਮੈਂ ਤੁਹਾਨੂੰ ਮਿਲਣਾ ਸੀ ਮੈਂ ਕਿਹਾ ਮੇਰੀ ਅੱਖਾਂ ਚੱਲੀਆਂ ਗਈਆਂ ਸ਼ੂਗਰ ਦੇ ਨਾਲ। ਅੱਛਾ ਜੀ 18 ਸਾਲ ਹੋ ਗਏ ਮੈਨੂੰ। ਅੱਛਾ ਜੀ ਅੰਜੀ ਕਿਤੇ ਨੇ ਬਸ ਇੱਕ ਦੂਜੇ ਦਾ ਸਾਰਾ ਲੈ ਲੈ ਕੇ ਮੈਂ ਪਹੁੰਚਦੀ ਹਾਂ ਕਿ ਜਿੱਥੇ ਜਾਣਾ ਹੁੰਦਾ। ਵਾਹਿਗੁਰੂ ਆਂਟੀ ਮੈਂ ਹੁਣ ਮੈਂ ਇਹ ਵੀ ਕਹਿ ਦਿੰਦਾ ਕਿ ਮੇਰੀਆਂ ਅੱਖਾਂ ਰੱਬ ਤੁਹਾਨੂੰ ਦੇ ਦੇਵੇ ਕਿ ਇੰਨਾ ਤੁਸੀਂ ਵਧੀਆ ਨੇਚਰ ਹੈ ਤੁਹਾਡੀ ਇੰਨਾ ਤੁਸੀਂ ਇੰਨਾ ਨੂਰ ਹੈ ਤੁਹਾਡੇ ਫੇਸ ਤੇ। ਨਹੀਂ ਵਾਹਿਗੁਰੂ ਹੋਰ ਦੱਸੋ ਕੀ ਸੇਵਾ ਕਰੀਏ ਤੁਹਾਡੀ। ਮੇਰੀ ਸੇਵਾ ਤੁਸੀਂ ਇਹੀ ਕਰਨੀ ਹੈ ਕਿਤੇ ਨੇ ਕਿ ਬਸ ਇਹਦੀਆਂ ਅੱਖਾਂ ਕਿਤੇ ਨੇ ਦਾਤਾ ਦੇ ਦੇ ਇਹਨਾਂ ਦੀ ਅੱਖਾਂ ਦਾ ਉਹ ਹੋ ਸਕਦਾ ਆਂਟੀ ਅੱਛਾ ਪਿੱਛੋਂ ਚੱਲ ਗਈ ਅਤੇ ਜੇ ਟਰਾਂਸਪਲਾਂਟ ਵਗੈਰਾ ਕੋਈ ਅੱਖਾਂ ਦਾ ਕਦੋਂ ਪਤਾ ਕਰ ਲਓ ਜਿਵੇਂ ਸਾਡੇ ਕੋਲ ਐਕਸੀਡੈਂਟਲ ਪੇਸ਼ੈਂਟ ਆਉਂਦਾ ਹੁਣੀ ਸਾਡੇ ਕੋਲ 10 ਮਿੰਟ ਪਹਿਲਾਂ ਇੱਕ ਆਂਟੀ ਆਈ ਸੀਗੇ ਉਹਨਾਂ ਨੇ ਵੀ ਆਪਣੀ ਫੁੱਲ ਬੋਡੀ ਡੋਨੇਟ ਕੀਤੀ ਹੈ ਹੋ ਸਕਦਾ ਜੀ ਤੁਸੀਂ ਇੱਕ ਵਾਰੀ ਡਾਕਟਰ ਨੂੰ ਚੈੱਕ ਕਰਾ ਲਓ ਕਿ ਜੇ ਕਿਸੇ ਕੋਈ ਐਕਸੀਡੈਂਟਲ ਪੇਸ਼ੈਂਟ ਦਾ ਜਾਂ ਕੋਈ ਪੇਸ਼ੈਂਟ ਐਕਸਪਾਇਰ ਹੋ ਜਾਂਦਾ ਅੱਛਾ ਅੱਛਾ ਜੀ ਅੱਛਾ ਜੀ ਓਕੇ ਕੋਈ ਹੱਲ ਨਹੀਂ ਹੈ ਚਲੋ ਮੈਂ ਅਰਦਾਸ ਕਰੂੰਗਾ ਫਿਰ ਵੀ ਜੇ ਰੱਬ ਨੇ ਕਿਤੇ ਕਿਸ ਦਿਨ ਕੋਈ ਐਸਾ ਦਿਨ ਚਮਤਕਾਰ ਹੋਵੇ ਤੇ ਤੁਹਾਨੂੰ ਦਿਖਣ ਲੱਗ ਜਾਵੇ। ਮੈਂ 2 ਮਹੀਨੇ ਵੀਡੀਓ ਰਹੀਆਂ ਹਸਪੀਟਲ ਵਿੱਚ। ਅੱਛਾ ਜੀ ਇੱਕ ਮਹੀਨਾ ਗੰਗਾ ਰਾਮ 'ਚ ਰਹੀਆਂ ਇੱਕ ਮਹੀਨਾ ਦੀਮੈਂਸ ਵਿੱਚ ਰਹੀਆਂ। ਅੱਛਾ ਜੀ ਅੱਛਾ ਜੀ ਅੱਛਾ ਜੀ ਮੇਰੇ ਬੱਚੇ ਨੇ ਇੰਨਾ ਇਲਾਜ ਕਰਵਾਇਆ ਇੰਨਾ ਇਲਾਜ ਕਰਵਾਇਆ ਇਹ ਵੀ ਆਂਟੀ ਤੁਹਾਡੇ ਕਰਮ ਨੇ ਕਿ ਤੁਹਾਨੂੰ ਇੱਦਾਂ ਦੀ ਫੈਮਿਲੀ ਮਿਲੀ ਹੈ। ਮੇਰੇ ਬੱਚਾ ਬੜਾ ਚੰਗਾ ਵਾਹਿਗੁਰੂ ਲੱਖਾਂ ਰੁਪਏ ਲਗਾ ਦਿੱਤੇ ਪਰ ਤਾਂ ਵੀ ਕੁਝ ਅਸਰ ਨਹੀਂ ਹੋਇਆ। ਅਰੇ ਨਹੀਂ ਕੋਈ ਗੱਲ ਆਂਟੀ ਜੀ ਪਰਮਾਤਮਾ ਪਤਾ ਨਹੀਂ ਇਹਦੇ 'ਚ ਵੀ ਕੀ ਰਜ਼ਾ ਉਹਦੀ ਰਜ਼ਾ ਸਮਝ ਨਹੀਂ ਤਾਂ ਔਖੀ ਹੈ ਮੇਰੇ ਨਾਲੋਂ ਵੱਧ ਤਜਰਬਾ ਤੁਹਾਨੂੰ ਹੈ ਪਰ ਤੁਸੀਂ ਸਾਨੂੰ ਆਸ਼ੀਰਵਾਦ ਦਿਓ ਕਿ ਸਾਡੀ ਸੇਵਾ ਅੰਡਲੇ ਸਾਹ ਤੱਕ ਲੱਗੀ ਰਹੇ ਸਾਡੇ ਕੋਲ ਰੱਬ ਸੇਵਾ ਨਾ ਖੋਵੇ ਬਸ ਇਹੀ ਦੁਆ ਕਰਿਓ ਹੋਰ ਕੁਛ ਨਹੀਂ ਚਾਹੀਦਾ। ਸੱਚੇ ਪਾਤਸ਼ਾਹ ਜੀ ਬਹੁਤ ਸਾਰਾ ਵਾਹਿਗੁਰੂ ਮੇਰੇ ਕੋਲ ਜਿਤਨਾ ਹੋਏਗਾ ਮੈਂ ਕਹਿੰਦੇ ਨੇ ਆਪਣੀ ਛੋਟੀ ਸਿਸਟਰ ਨੂੰ ਦਵਾਂਗੀ। ਤੁਸੀਂ ਆਸ਼ੀਰਵਾਦ ਦੇਣਾ ਵਾ ਤੇ ਕੁਛ ਨਹੀਂ ਕਰਨਾ ਆਸ਼ੀਰਵਾਦ ਦੇਣਾ ਵਾਹਿਗੁਰੂ ਵਾਹਿਗੁਰੂ ਬੜਾ ਮਤਲਬ ਰੂਹ ਨੂੰ ਆਨੰਦ ਹੋ ਗਿਆ ਜੀ ਇੰਨੀ ਕੁ ਮਤਲਬ ਮੇਰੀ ਦਿਲ ਮੇਰਾ ਵਾਗੋ ਵਾਗ ਹੋ ਗਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜਿਹੜੇ ਹੱਥਾਂ ਨਾਲ ਤੁਸੀਂ ਸਾਰਿਆਂ ਦੀ ਸੇਵਾ ਕਰਦੇ ਹੋ ਨਾ ਇਹ ਬਹੁਤ ਵੱਡਾ। ਅਰੇ ਨਹੀਂ ਆਂਟੀ ਤੁਹਾਡਾ ਆਸ਼ੀਰਵਾਦ ਤੁਹਾਡਾ ਆਸ਼ੀਰਵਾਦ ਤੁਹਾਡਾ ਆਸ਼ੀਰਵਾਦ ਤੁਸੀਂ ਆਸ਼ੀਰਵਾਦ ਦਿੰਦੇ ਰਹੋ
ਤੁਸੀਂ ਆਸ਼ੀਰਵਾਦ ਦਿੰਦੇ ਰਹੋ, ਮਤਲਬ ਇੰਨਾ ਸਾਡੇ ਦਾ ਮੇਰੇ ਕੋਲ ਸ਼ਬਦ ਨਹੀਂ ਆ ਹੁਣ ਮੈਂ ਕੀ ਬੋਲਾਂ ਕਿ ਇੰਨੀ ਖੁਸ਼ੀ ਦਿੱਤੀ ਤੁਸੀਂ ਮੈਨੂੰ ਇੱਥੇ ਆ ਕੇ, ਪਰਮਾਤਮਾ ਤੁਹਾਨੂੰ ਖੁਸ਼ ਰੱਖੇ। ਤੁਹਾਡਾ ਆਸ਼ੀਰਵਾਦ ਆਂਟੀ, ਚਲੋ ਹੋਰ ਜ਼ਿੰਦਗੀ 'ਚ ਮੈਨੂੰ ਕੋਈ ਇਸ ਤੋਂ ਵਧੀਆ ਕੰਮ ਲੱਗਦਾ ਹੀ ਨਹੀਂ। ਮੈਨੂੰ ਲੱਗਦਾ ਕਿ ਸ਼ਾਇਦ ਇੱਕ ਜੀਵਨ ਪਰਮਾਤਮਾ ਨੇ ਇਕੱਲਾ ਖਾਣ ਪੀਣ ਵਾਸਤੇ ਤਾਂ ਦਿੱਤਾ ਨਹੀਂ, ਇਹ ਤਾਂ ਸ਼ਿਓਰ ਹੈ। ਗੁਰਜੋਤ, ਹਾਂਜੀ, ਕਿਡਨੀਆਂ ਡੈਮੇਜ, ਮੇਰੀ ਉਮਰ ਤਾਂ ਛੋਟੀ ਹੈ ਜੀ, ਪਰ ਚਲੋ ਤੁਹਾਡਾ ਇੱਥੇ ਆਉਣਾ ਮੈਨੂੰ ਬੜਾ ਖੁਸ਼ੀ ਹੋਈ ਜੀ। ਗੁਰਸਾਹਿਬ ਦੀ ਕਿਰਪਾ ਹੋਈ ਹੈ ਜੀ। ਮੇਰੀ ਛੋਟੀ ਸਿਸਟਰ ਹੈ, ਇੰਨਾ ਪਿਆਰ ਵਾਲੀ ਹੈ, ਇੰਨੀ ਉਹ ਤਾਂ ਦਿਖਦਾ ਹੀ ਪਿਆ ਜੀ, ਇੰਨੀ ਸੇਵਾ ਕਰਦੀ ਹੈ, ਇੰਨਾ ਸੇਵਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਉਹ ਤਾਂ ਦਿਖਦਾ ਹੀ ਪਿਆ ਜੀ, ਉਹ ਤਾਂ ਦਿਖਦਾ ਹੀ ਪਿਆ, ਮੈਨੂੰ ਕਿੱਥੋਂ ਪਕੜ ਕੇ ਲੈ ਕੇ ਆਈਏ। ਵਾਹਿਗੁਰੂ, ਇਹ ਵੀ ਪਤਾ ਨਹੀਂ ਜੀ ਕਿਹੜੇ ਜਨਮਾਂ ਦੇ ਆਪਣੇ ਜਿਹੜੇ ਅੱਗੇ ਰਸਤੇ ਖੋਲ ਰਹੇ ਨੇ ਯਾਰ। ਇਹ ਦੁਨੀਆਂ 'ਚ ਇਸ ਤੋਂ ਵੱਡੀ ਕੋਈ ਚੀਜ਼ ਆਂਟੀ ਹੋਰ ਹੈ ਵੀ ਨਹੀਂ, ਇਹੀ ਹੈ ਜ਼ਿੰਦਗੀ ਅਸਲ। ਪਰ ਇਹ ਹੈ ਕਿ ਚਲੋ ਲੋਕ ਥੋੜ੍ਹਾ ਸਮਝਦੇ ਉਦੋਂ ਨੇ ਜਦੋਂ ਆਪਣੇ 'ਤੇ ਬੁਰਾ ਵਕਤ ਆਉਂਦਾ, ਜਦੋਂ ਸਭ ਕੁਛ ਠੀਕ ਹੈ ਜੇ ਉਦੋਂ ਵੀ ਸਮਝਿਆ ਜਾਵੇ ਨਾ। ਸਾਡੇ ਕੋਲ ਇਹਨਾਂ ਦੇ ਛੋਟੀ ਛੋਟੀ ਬੱਚੀਆਂ ਬਰਥਡੇ ਮਨਾਉਣ ਆਈਆਂ ਆਪਣਾ ਗੁਲਕਾਂ ਲੈ ਕੇ, ਤਾਂ ਬੜੀ ਖੁਸ਼ੀ ਹੁੰਦੀ ਹੈ ਨਾ। ਹਾਂ, ਮੈਂ ਬੁਲਾਉਂਦਾ ਉਹਨਾਂ ਨੂੰ, ਬੇਟਾ ਬਾਤ ਸੁਣੋ, ਆ ਜਾਓ ਇੱਧਰ, ਆਓ ਆਪ ਦੋਨੋਂ ਆ ਜਾਓ। ਇਹ ਵਿਚਾਰੀਆਂ ਦੋਨੋਂ ਆਂਟੀ ਛੋਟੀ ਛੋਟੀ ਕੁੜੀਆਂ ਨੇ ਹਜੇ, ਦਸ ਆਹ ਛੋਟੇ ਬਾਬ ਸਾਡੇ ਕੋਲ ਮੁੰਡੇ ਵੀ ਆਏ ਹੋਏ ਨੇ ਇੱਥੇ, ਦਸ ਦਸ ਬਾਰਾਂ ਬਾਰਾਂ ਸਾਲ ਦੇ। ਆ ਜਾ, ਤੁਹਾਡਾ ਕਿੰਨੀ ਏਜ ਹੈ? 12 ਸਾਲ ਦਾ ਮੁੰਡਾ ਆਇਆ, ਆਸ਼ੀਰਵਾਦ ਲੈ ਲੈ। ਆਹ ਬੱਚੀਆਂ ਆਈ, ਬੇਟਾ ਆ ਜਾਓ, ਇਹ ਆਂਟੀ ਜੀ ਆਏ ਆ ਦਿੱਲੀ ਸੇ, ਇਹਦਾ ਵੀ ਬਰਥਡੇ ਹੈ, ਇਹਨਾਂ ਦਾ ਵੀ ਬਰਥਡੇ ਹੈ, ਬੇਟਾ ਮਿਲੋ ਆਂਟੀ ਕੋ, ਮਿਲੋ। ਵਾਹਿਗੁਰੂ, ਇਹਨਾਂ ਦੀ ਪੋਤਰੀਆਂ ਨਹੀਂ ਆਉਣੀਆਂ, ਬਸ ਠੀਕ ਹੈ। ਵਾਹਿਗੁਰੂ, ਬਹੁਤ ਅੱਛਾ, ਇਹ ਆ ਜਾ ਬੇਟਾ, ਆ ਜਾ ਇੱਧਰ, ਆ ਜਾ, ਮਿਲੇ ਮਿਲੇ ਆਂਟੀ ਕੋ, ਮਿਲੇ। ਵਾਹਿਗੁਰੂ, ਹੈਪੀ ਬਰਥਡੇ ਜੀ, ਹੈਪੀ ਬਰਥਡੇ। ਇਹ ਸਾਰੇ ਅੱਜ ਆਪਣੇ ਪਰਿਵਾਰ ਨਾਲ, ਦਾਦਾ ਦਾਦੀ ਨਾਲ, ਮੰਮੀ ਡੈਡੀ ਨਾਲ ਬਰਥਡੇ ਮਨਾਉਣ ਆਏ ਨੇ। ਗੋਡ ਬਲੈਸ ਯੂ। ਇਹ ਆਂਟੀ ਜੀ ਵੀ ਸੇਵਾ ਕਰਨ ਆਏ ਹੈ, ਇਨਸੇ ਪੁੱਛੋ ਕਿ ਆਪ ਇਤਨੀ ਏਜ ਹੋ ਗਈ ਹੈ, ਸੇਵਾ ਸੇ ਬੜਾ ਕੁਛ ਔਰ ਹੈ, ਆਪ ਪੁੱਛੋ। ਮੈਂ ਆਪਕੋ ਵੀ ਸਮਝਾ ਰਹਾ ਥਾ ਨਾ, ਮੈਂ ਇਹਨਾਂ ਨੂੰ ਸਮਝਾ ਰਿਹਾ ਸੀ ਕਿ ਸਾਰੀ ਜ਼ਿੰਦਗੀ ਸੇਵਾ ਕਰਦੇ ਰਹੋ, ਤਾਂ ਦੇਖੋ ਆਂਟੀ ਜੀ ਅਬ ਆਏ ਹੈ, ਆਪਕੀ ਦਾਦੀ ਕੀ ਏਜ ਕਿਆ, ਤਾਂ ਇਨਸੇ ਪੁੱਛੋ ਕਿ ਜ਼ਿੰਦਗੀ ਕਾ ਮਤਲਬ ਕਿਆ ਹੈ, ਪੁੱਛੋ ਕਿਆ ਕਰੇ ਸਾਰੀ ਜ਼ਿੰਦਗੀ ਇਨਸਾਨ, ਕਿਆ ਕਰੇ, ਸਿੱਖ ਰਹੇ ਹੋ ਆਪ ਵੀ, ਸੇਵਾ ਹੀ ਸੇਵਾ, ਲੋਕੋ ਕੀ ਸੇਵਾ ਕਰਤੇ ਰਹੋ। ਠੀਕ ਹੈ, ਕੈਸਾ ਲਗਾ, ਦ ਬੈਸਟ ਬਰਥਡੇ ਐਵਰ, ਕਿਆ ਬਾਤ ਹੈ, ਗੋਡ ਬਲੈਸ ਯੂ। ਬੜਾ ਵਧੀਆ ਲੱਗਿਆ ਮੈਨੂੰ, ਬੜਾ ਵਧੀਆ ਲੱਗਿਆ ਵੇ, ਕਿੰਨੇ ਦੁਖਿਆ ਰਿਆ ਤੂੰ, ਖੁਸ਼ੀਆਂ ਲੈ ਕੇ ਜਾਂਦੇ ਨੇ ਤੁਹਾਡੇ ਘਰ ਨੂੰ, ਕਿਆ ਲੈ ਕੇ ਤੁਹਾਨੂੰ ਮਿਲ ਕੇ ਆਂਟੀ, ਐਂ ਲੱਗਦਾ ਜਿਵੇਂ 8 ਸਾਲਾਂ 'ਚ ਪਹਿਲੀ ਵਾਰੀ ਇਹ ਦਿਨ ਆਇਆ। 8 ਸਾਲ ਹੋ ਗਏ ਸਾਨੂੰ ਇੱਥੇ ਬੈਠੇ, 8 ਸਾਲ ਹੋ ਗਏ, 8 ਸਾਲ ਹੋ ਗਏ, ਹੁਣ ਤਾਂ ਤੁਸੀਂ ਦੂਰ ਟੁਰ ਜਾਓਗੇ, ਅਸੀਂ ਫਿਰ ਕਿੱਦਾਂ ਆਇਆ ਕਰਾਂਗੇ ਤੁਹਾਡੇ? ਨਹੀਂ ਆਂਟੀ, ਤੁਸੀਂ ਮੇਰਾ ਨੰਬਰ ਲੈ ਕੇ ਆਉਣਾ ਤੇ ਮੈਨੂੰ ਫੋਨ ਕਰਦੇ ਰਹੋ, ਤੁਸੀਂ ਫੋਨ ਕਰਦੇ ਰਹੋ, ਅਸੀਂ ਫੋਨ ਤੇ ਟੱਚ 'ਚ ਰਵਾਂਗੇ। ਮੈਂ ਦਿੱਲੀ ਜਿਸ ਦਿਨ ਆਇਆ ਤੁਹਾਡੇ ਘਰ ਹੋ ਕੇ ਜਾਊਂਗਾ, ਜ਼ਰੂਰ ਅਸੀਂ ਪਲਾਵਾਂਗੇ ਤੁਹਾਨੂੰ, ਪੱਕਾ ਰਹੂੰਗਾ ਮੈਂ, ਠੀਕ ਹੈ। ਇੰਨੀ ਮੇਰੀ ਮੈਨੂੰ ਐਂ ਲੱਗਦਾ ਕਿ ਮਿਲੇ ਬੜੀ ਲੇਟ ਆ, ਤੇ ਗੁਰਸਾਹਿਬ ਨੇ ਅੱਜ ਹੀ ਮਿਲਾਉਣਾ ਸੀ। ਆਏ ਸੀ, ਕਹਿੰਦੇ ਸੀ ਮੈਂ ਜਾਣਾ। ਅੱਛਾ ਜੀ, ਕੋਈ ਆ ਨਹੀਂ ਹੋਇਆ ਸੀ। ਅੱਛਾ ਜੀ, ਅੱਛਾ ਜੀ, ਕਹਿੰਦੇ ਹੁਣ ਤੇ ਮੈਂ ਜ਼ਰੂਰ ਜਾਵਾਂਗਾ। ਅਰੇ ਨਹੀਂ ਨਹੀਂ ਨਹੀਂ, ਮੇਰੀ ਤਾਂ ਰੂਹ ਬਾਗੋ ਬਾਗ ਹੋ ਗਈ ਜੀ। ਮੇਰੇ ਤੁਸੀਂ ਉਹ ਮੈਂ ਸੁਣਦਾ ਹੁੰਦਾ ਸੀ ਕਿ ਚੰਗੇ ਕਰਮ ਕਰੋ, ਪਰਮਾਤਮਾ ਖੁਦ ਤੁਹਾਡੇ ਘਰ ਤੋਂ ਆਸ਼ੀਰਵਾਦ ਦੇਣ ਆਏਗਾ। ਮੇਰੇ ਨਾਲ ਤਾਂ ਉਹੀ ਹੋ ਗਿਆ, ਮੈਨੂੰ ਰੱਬ ਲੱਭਣਾ ਨਹੀਂ ਪੈਂਦਾ ਰੋੜਾਂ ਤੇ ਜਾ ਕੇ, ਪਰ ਉਪਕਾਰ ਕਰਦੇ ਪਏ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ। ਓ ਵਾਹਿਗੁਰੂ, ਵਾਹਿਗੁਰੂ। ਉਹ ਕਹਿੰਦੇ ਰੱਬ ਖੁਦ ਤੁਹਾਡੇ ਗੇਟ ਖੜਕਾ ਕੇ ਘਰ ਦੇ ਵਿੱਚ ਤੁਹਾਨੂੰ ਆਸ਼ੀਰਵਾਦ ਦੇ ਕੇ ਜਾਏਗਾ, ਧੱਕੇ ਨਾਲ ਦੇ ਕੇ ਜਾਏਗਾ ਕਿ ਜਿੰਦਾ ਰਹਿ। ਉਹੀ ਹੋਇਆ ਜੋ ਮੇਰੇ ਨਾਲ, ਜਿੰਦੇ ਰਹੋ, ਜਿੰਦੇ ਰਹੋ, ਤਾਂ ਹੀ ਸਾਰਿਆਂ ਦੀ ਸੇਵਾ ਕਰੋਗੇ ਨਾ। ਅਰੇ ਨਹੀਂ ਨਹੀਂ ਆਂਟੀ, ਤੁਹਾਨੂੰ ਦੇਖ ਕੇ ਰਹੂੰ ਖੁਸ਼ ਹੋ ਗਈ। ਦੇਖ ਰਹੇ ਹੋ ਬੱਚੋ, ਬਹੁਤ ਅੱਛਾ, ਬੈਠੋ ਆਪ ਮੰਮਾ ਕੇ ਪਾਸ ਬੈਠੋ। ਧੰਨਵਾਦ ਆਂਟੀ ਜੀ, ਬੜੀ ਰੂਹ ਖੁਸ਼ ਹੋਈ ਤੁਹਾਨੂੰ ਮਿਲ ਕੇ। ਦੱਸਿਓ ਮੇਰੇ ਲਈ ਕੋਈ ਸੇਵਾ ਜ਼ਰੂਰ, ਐਨੀ ਟਾਈਮ, ਬਸ ਇਹ ਸੇਵਾ ਕੇ ਦਿੱਲੀ ਆਓਗੇ ਤੇ ਮੈਨੂੰ ਫੋਨ। ਪੱਕਾ ਪੱਕਾ ਆਂਟੀ, ਪੱਕਾ ਪੱਕਾ, ਹਾਂ ਪੱਕਾ ਆਊਂਗਾ ਜੀ, ਮੈਂ ਪੱਕਾ ਆਊਂਗਾ। ਬਲਾ ਤੇਰੀ ਡਿਊਟੀ ਹੈ, ਮੈਂ ਪੱਕਾ ਜੀ, ਮੈਂ ਪੱਕਾ ਪੱਕਾ, ਧਿਆਨ ਨਾਲ ਧਿਆਨ ਨਾਲ। ਆਂਟੀ ਕਿੰਨਾ ਕਸ਼ਟ ਕਰਕੇ ਤੁਸੀਂ ਆਏ ਹੋ, ਮਿਲ ਕੇ ਮੇਰਾ ਮਨ ਬੜਾ ਖੁਸ਼ ਹੋ ਗਿਆ ਹੈ। ਵਾਹਿਗੁਰੂ, ਆਜੋ ਆਜੋ, ਪੈਰਾਲਾਈਸਿਸ ਵੀ ਹੋ ਗਿਆ ਸੀ ਨਾ। ਅੱਛਾ, ਪੈਰਾਲਾਈਸ ਹੋਇਆ ਹੈ, ਵਾਹਿਗੁਰੂ, ਥੋੜੇ ਠੀਕ ਨੇ। ਵਾਹਿਗੁਰੂ, ਧਿਆਨ ਨਾਲ ਆਂਟੀ, ਧਿਆਨ ਨਾਲ। ਅੱਛਾ ਜੀ, ਮੈਂ ਆਊਂਗਾ ਜੀ, ਮੈਂ ਪੱਕਾ ਆਊਂਗਾ। ਅੱਗੇ ਕਰਦੇ ਬੇਟਾ, ਚੇਅਰ ਥੋੜੀ ਅੱਗੇ ਕਰਦੇ, ਆ ਜੋ ਜੀ, ਧਿਆਨ ਨਾਲ ਧਿਆਨ ਨਾਲ। ਇੱਕ ਮਿੰਟ, ਉਹ ਬਿਠਾਓ ਦੀਦੀ, ਬਿਠਾਓ ਉਹਨਾਂ ਨੂੰ। ਅਰੇ ਨਹੀਂ ਨਹੀਂ ਆਂਟੀ, ਬਹੁਤ ਤੁਹਾਨੂੰ ਮਿਲ ਕੇ, ਵੈਸੇ ਅਸੀਂ
ਪਤਾ ਨਹੀਂ ਕਿੰਨੀਆਂ ਗੰਗਾ ਮਾਂ ਨਾਲੀਆਂ। ਠੀਕ ਹੈ ਜੀ, ਠੀਕ ਹੈ, ਠੀਕ ਆਂਟੀ, ਠੀਕ ਹੈ ਜੀ, ਠੀਕ ਹੈ, ਠੀਕ ਠੀਕ ਹੈ ਜੀ, ਠੀਕ ਹੈ, ਠੀਕ ਹੈ, ਠੀਕ ਆਂਟੀ, ਧੰਨਵਾਦ, ਧਿਆਨ ਰੱਖਿਓ, ਧੰਨਵਾਦ, ਮੈਂ ਆਊਂਗਾ ਜੀ, ਮੈਂ ਜ਼ਰੂਰ ਮਿਲੂੰਗਾ, ਧੰਨਵਾਦ, ਧੰਨਵਾਦ, ਧਿਆਨ ਨਾਲ ਦੇਖਿਓ, ਧੰਨਵਾਦ, ਧੰਨਵਾਦ, ਠੀਕ ਹੈ।